सतनाम श्री साहिब जी बिलावल महला पञ्जवा प्रभ जन्म मरण निवार हार पर्यो द्वार ਗਹਿ ਚਰਨ ਸਾਧੂ ਸੰਗ ਮਨ ਮਿਸਟ ਹਰ ਹਰ ਰੰਗ ਕਰ ਦਿਆਲੇ ਹੋ ਲੜ ਲਾਏ ਨਾਨਕਾ ਨਾਮ ਧਿਆਏ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਯੋ ਦਵਾਰ ਗਹਿ ਚਰਨ ਸਾਧੂ ਸੰਗ ਮਨ ਮਿਸਟ ਹਰ ਹਰ ਰੰਗ ਕਰ ਦਿਆਲੇ ਹੋ ਲੜਲਾਏ ਨਾਨਕਾ ਨਾਮ ਧਿਆਏ ਦੀਨਾ ਨਾਥ ਦਿਆਲ ਮੇਰੇ ਸੁਆਮੀ ਦੀਨਾ ਨਾਥ ਦਿਆਲ ਜਾਂਚੋ ਸੰਤ ਰਵਾਲ ਰਹਾਉ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਕੂਪ ਗਹਿ ਪੂਜਾ ਪ੍ਰਭ ਕੀ ਲੈ ਹੋ ਹਰ ਨਾਮ ਆਪਣਾ ਦੇ ਹੋ ਪ੍ਰਭ ਤੁਝ ਬਿਨਾ ਨਹੀਂ ਠਾਓ ਨਾਨਕਾ ਬਲ ਬਲ ਜਾਓ ਲੋਭ ਮੋਹਿ ਬਾਦੀ ਦੇਹ ਬਿਨ ਭਜਨ ਹੋਵਤ ਖੇ ਜਮਦੂਤ ਮਹਾ ਭਿਆਨ ਚਿਤ ਗੁਪਤ ਕਰਮ ਹੈ ਜਾਣ ਦਿਨ ਰੈਣ ਸਾਖ ਸੁਣਾਏ ਨਾਨਕਾ ਹਰ ਸਰਣਾਏ ਭੈ ਪੰਜਨਾ ਮੁਰਾਰ ਕਰ ਦਇਆ ਪਤਿਤ ਉਦਾਰ ਮੇਰੇ ਦੋਖ ਗਨੇ ਨਾ ਜਾਹੇ ਹਰ ਬਿਨਾ ਕਥੇ ਸਮਾਹੇ ਗਹਿ ਊਟ ਚਿਤ ਵੀਨਾਥ ਨਾਨਕਾ ਦੇ ਰਖ ਹਾਥ ਹਰ ਗੁਣ 니 ਦੇ ਗੋਪਾਲ ਸਰਬ ਘਟ ਪਰਿਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹੈ ਨਾ ਜਾਏ ਵਡ ਭਾਗ ਨਾਨਕ ਪਾਏ ਬਰਾਬ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੌਰ ਜਿਉਂ ਮੀਨ ਜਲ ਸਿਉ ਹੇਤ ਅਲ ਕਮਲ ਭਿੰਨ ਨਾ ਪੇਤ ਜਿਉਂ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉਂ ਤਰਣ ਪਰਤ ਪਰਾਨ ਜਿਉਂ ਲੋਭੀਏ ਧਨ ਦਾਨ ਜਿਉ ਦੂਦ ਜਲੇ ਸੰਜੋਗ ਜਿਉ ਮਾਖੋ ਦਿਯਾਰਥ ਭੋਗ ਜਿਉ ਮਾਤ ਪੁੱਤੇ ਹਿਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਬਤੰਗ ਜਿਉ ਚੋਰ ਹਿਰਤ નિਸੰਗ ਮੈਗਲੇ ਕਾਮੇ ਬੰਦ ਜਿਉ ਗ੍ਰਸਤ ਵਿਖਈ ਤੰਦ ਜਿਉਂ ਜੁਵਾਰ ਬਿਸਨ ਨਾ ਜਾਏ ਹਰ ਨਾਨਕ ਇਹ ਮਨ ਲਾਏ ਕੁਰੰਕ ਨਾ ਦੇ ਨਿਹੋ ਚਾਤ੍ਰਿਕ ਚਾਹਤ ਮੇਹੋ ਜਨ ਜੀਵਨਾ ਸਤ ਸੰਗ ਗੋਬਿੰਦ ਭਜਨਾਰੰਗ ਰਸਨਾ ਬਖਾਨੇ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖ ਦੇ ਸੋ ਸਰਵ ਫਲ ਹਰ ਲੇ ਕੁਲ ਸਮੂ ਕਰਤ ਉਦਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਹਿਥ ਤਾਹੇ ਮਿਲ ਸਾ ਸੰਗ ਜਸ ਗਾਹੇ ਹਰ ਪੈਜ ਰਖੇ ਮੁਰਾਰ ਹਰ ਨਾਨਕ ਸਰਣ ਦੁਆਰ ਗੁਣ ਗਾਏ ਸੁਣ ਲਿਖਦੇ ਸੋ ਸਰਬ ਫਲ ਹਰ ਲੇ ਕੁੱਲ ਸਮੂ ਘਰਤ ਉਦਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਹਿਥ ਤਾਹੇ ਮਿਲ ਸਾ ਸੰਗ ਜਸ ਗਾਹੇ ਹਰ ਪੈਜ ਰਖੇ ਮੁਰਾਰ ਹਰ ਨਾਨਕ ਸਰਣ ਦਵਾਰ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਏ ਨਾਨਕ ਪ੍ਰਭੁ ਦਾ ਨਾਮ ਸਿਮਰਨ ਕਰ ਤੇ ਬੇਨਤੀ ਕਰਿਆ ਕਰ ਏ ਪ੍ਰਭੂ ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ ਮੈਂ ਹੋਰ ਪਾਸਿਆਂ ਵੱਲੋਂ ਆਸ ਲਾ ਕੇ ਤੇਰੇ ਦਰ ਤੇ ਆ ਡਿੱਗਾ ਮਿਹਰ ਕਰ ਤੇਰੇ ਸੰਤ ਜਨਾਂ ਦੇ ਚਰਨ ਫੜ ਕੇ ਤੇਰੇ ਸੰਤ ਜਨਾਂ ਦਾ ਪੱਲਾ ਫੜ ਕੇ ਮੇਰੇ ਮਨ ਨੂੰ ਏ ਹਰੀ ਤੇਰਾ ਪਿਆਰ ਮਿੱਠਾ ਲੱਗਦਾ ਰਹੇ ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ ਏ ਗਰੀਬਾਂ ਦੇ ਖਸਮ ਏ ਦਇਆ ਦੇ ਸੋਮੇ ਏ ਮੇਰੇ ਸੁਆਮੀ ਏ ਦੀਨਾਂ ਦੇ नाथ ਏ ਦਇਾਲ ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਰਹਾਓ ਏ ਨਾਨਕ ਪ੍ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖ ਏ ਪ੍ਰਭੂ ਮੈਂ ਤੇਰੇ ਨਾਮ ਤੋਂ ਸੰਤ ਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਤੇਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ ਏ ਪ੍ਰਭੂ ਮੈਨੂੰ ਆਪਣਾ ਨਾਮ ਬਖਸ਼ ਇਹ ਜਗਤ ਮਾਇਆ ਦੇ ਮੋਹ ਦਾ ਖੂਹ ਹੈ ਆਤਮਿਕ ਜੀਵਨ ਵੱਲੋਂ بے ਸਮਝੀ ਦਾ ਕੁੱਪ ਹਨੇਰਾ ਮੈਨੂੰ ਮੋਹ ਰਿਹਾ ਹੈ ਮੇਰੀ ਬਾਹ ਫੜ ਕੇ ਮੈਨੂੰ ਬਚਾ ਲੈ اے ਨਾਨਕ ਆਖੇ اے ਹਰੀ ਮੈਂ ਤੇਰੀ ਸਰਨ ਆਇਆ ਹਾਂ ਮੇਰਾ ਸਰੀਰ ਲੋਭ ਵਿੱਚ ਮੋਹ ਵਿੱਚ ਵੱਜਾ ਪਿਆ ਹੈ ਤੇਰਾ ਭਜਨ ਕਰਨ ਤੋਂ ਬਿਨਾ ਮਿਟੀ ਹੁੰਦਾ ਜਾ ਰਿਹਾ ਹੈ ਮੈਨੂੰ ਜਮਦੂਤ ਬੜੇ ਡਰਾਉਣੇ ਲੱਗ ਰਹੇ ਹਨ ਚਿੱਤਰ ਗੁਪਤ ਮੇਰੇ ਕਰਮਾਂ ਨੂੰ ਜਾਣਦੇ ਹਨ ਦਿਨ ਅਤੇ ਰਾਤ ਇਹ ਵੀ ਮੇਰੇ ਕਰਮਾਂ ਦੀ ਗਵਾਹੀ ਦੇ ਕੇ ਇਹ ਹੀ ਕਹਿ ਰਹੇ ਹਨ ਕਿ ਮੈਂ ਮੰਦ ਕਰਮੀ ਹਾਂ ਏ ਨਾਨਕਾ ਸਾਰੇ ਡਰਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਮਿਹਰ ਕਰਕੇ ਮੈਨੂੰ ਵਿਕਾਰੀ ਨੂੰ ਵਿਕਾਰਾਂ ਤੋਂ ਬਚਾ ਲੈ ਮੇਰੇ ਵਿਕਾਰ ਗਿਣੇ ਨਹੀਂ ਜਾ ਸਕਦੇ ਏ ਹਰੀ ਤੇਤੋਂ ਬਿਨਾ ਹੋਰ ਕਿਸੇ ਦਰ ਤੇ ਵੀ ਇਹ ਬਖਸ਼ ਨਹੀਂ ਜਾ ਸਕਦੇ हे नाथ मैं तेरा आसरा ही सोचया है मेरी बांह ਫੜ ਲੈ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰ हे नानक ਆਖੇ ਹਰੀ हे ਗੁਣਾ ਦੇ ਖਜ਼ਾਨੇ हे ਧਰਤੀ ਦੇ ਰਖੇਕ ਸਭ ਸ੍ਰੀਨਾ ਦੇ ਪਾਲਣ ਹਰਿ ਗੋਬਿੰਦ ਮੇਰੇ ਮਨ ਦੀ ਆਸ ਪੂਰੀ ਕਰ ਮੇਰੇ ਮਨ ਵਿੱਚ ਤੇਰੀ ਪ੍ਰੀਤ ਵੜੀ ਰਹੇ ਤੇਰੇ ਦਰਸ਼ਨ ਦੀ ਤੰਗ ਬਣੀ ਰਹੇ ਤੇਰੇ ਦਰਸ਼ਨ ਤੋਂ ਬਿਨਾ ਮੈਥੋਂ ਇੱਕ ਪਲ ਪਰ ਵੀ ਰਿਹਾ ਨਹੀਂ ਜਾ ਸਕਦਾ ਵੱਡੀ ਕਿਸਮਤ ਨਾਲ ਹੀ ਕੋਈ ਤੇਰਾ ਮਿਲਾਪ ਪ੍ਰਾਪਤ ਕਰਦਾ ਹੈ ਏ ਨਾਨਕ ਹਾਕ ਏ ਪ੍ਰਭੂ ਤੇਤੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ ਮੇਰੇ ਮਨ ਵਿੱਚ ਤੇਰੇ ਚਰਨਾਂ ਦੀ ਪ੍ਰੀਤ ਹੈ ਜਿਵੇਂ ਚਕੌਰ ਨੂੰ ਚੰਦ ਨਾਲ ਪਿਆਰ ਹੈ ਜਿਵੇਂ ਮਛਲੀ ਨੂੰ ਪਾਣੀ ਨਾਲ ਪਿਆਰ ਹੈ ਜਿਵੇਂ ਭੋਰ ਦਾ ਕੋਲ ਫੁੱਲ ਨਾਲੋਂ ਕੋਈ ਫਰਕ ਨਹੀਂ ਰਹਿ ਜਾਂਦਾ ਜਿਵੇਂ ਚਕਵੀ ਨੂੰ ਸੂਰਜ ਚੜਨ ਦੀ ਉਡੀਕ ਲੱਗੀ ਰਹਿੰਦੀ ਹੈ ਇਸੇ ਤਰ੍ਹਾਂ হে ਪ੍ਰਭੂ ਮੈਨੂੰ ਤੇਰੇ ਚਰਨਾਂ ਦੀ ਤਾਂਘ ਹੈ ਏ ਨਾਨਕਾ ਕੇ ਏ ਭਾਈ ਜਿਵੇਂ ਜਵਾਨ ਇਸਤਰੀ ਨੂੰ ਆਪਣਾ ਖਸਮ ਬਹੁਤ ਪਿਆਰਾ ਹੁੰਦਾ ਹੈ ਜਿਵੇਂ ਲਾਲਚੀ ਮਨੁੱਖ ਨੂੰ ਧਨ ਪ੍ਰਾਪਤੀ ਤੋਂ ਖੁਸ਼ੀ ਹੁੰਦੀ ਹੈ ਜਿਵੇਂ ਦੁੱਧ ਦਾ ਪਾਣੀ ਨਾਲ ਮਿਲਾਪ ਹੋ ਜਾਂਦਾ ਹੈ ਜਿਵੇਂ ਬਹੁਤ ਭੁੱਖੇ ਨੂੰ ਭੋਜਨ ਤ੍ਰਿਪਤ ਕਰਦਾ ਹੈ ਜਿਵੇਂ ਮਾਂ ਨੂੰ ਪੁੱਤ ਨਾਲ ਪਿਆਰ ਹੁੰਦਾ ਹੈ ਤਿਵੇਂ ਸਦਾ ਪ੍ਰਮਾਤਮਾ ਨੂੰ ਪਿਆਰ ਨਾਲ ਸਿਮਰਿਆ ਕਰ ਏ ਨਾਨਕ ਆਖੇ ਭਾਈ ਜਿਵੇਂ ਪ੍ਰੇਮ ਦੇ ਬੱਜੇ ਪੰਵੱਟਰ ਦੇ ਦੀਵੇ ਉੱਤੇ ਡਿੱਗਦੇ ਹਨ ਜਿਵੇਂ ਚੋਰ ਝਾਕਾ ਲਾ ਕੇ ਚੋਰੀ ਕਰਦਾ ਹੈ ਜਿਵੇਂ ਹਾਥੀ ਦਾ ਕਾਮ ਵਾਸਨਾ ਨਾਲ ਜੋੜ ਹੈ ਜਿਵੇਂ ਵਿਸ਼ਿਆਂ ਦਾ ਧੰਦਾ ਵਿਸ਼ੇਈ ਮਨੁੱਖ ਨੂੰ ਗ੍ਰਾਸੀ ਜਾਂ ਰੱਖਦਾ ਹੈ ਜਿਵੇਂ ਜਵਾਰੀਏ ਦੀ ਜੂਆ ਖੇਡਣ ਦੀ ਭਿਆੜੀ ਆ ਦੂਰ ਨਹੀਂ ਹੁੰਦੀ ਤਿਵੇਂ ਆਪਣੇ ਇਸ ਮਨ ਨੂੰ ਪ੍ਰਭੂ ਚਰਨਾਂ ਵਿੱਚ ਪਿਆਰ ਨਾਲ ਜੋੜੀ ਰੱਖੋ ਜਿਵੇਂ ਹਰਨ ਦਾ ਘੰਡੇਰੇ ਦੀ ਆਵਾਜ਼ ਨਾਲ ਪਿਆਰ ਹੁੰਦਾ ਹੈ ਜਿਵੇਂ ਪਪੀਹਾ ਹਰ ਬਿਰਮੀ ਮੰਗਦਾ ਹੈ ਤਿਵੇਂ اے ਨਾਨਕ ਪਰਮਾਤਮਾ ਦੇ ਸੇਵਕ ਦਾ ਸੁਖੀ ਜੀਵਨ ਸਾਧ ਸੰਗਤ ਵਿੱਚ ਹੀ ਹੁੰਦਾ ਹੈ ਸੇਵਕ ਪਿਆਰ ਨਾਲ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਆਪਣੀ ਜੀਵ ਨਾਲ ਪਰਮਾਤਮਾ ਨਾਮ ਉਚਾਰਦਾ ਰਹਿੰਦਾ ਹੈ ਤੇ ਪਰਮਾਤਮਾ ਦੇ ਦਰਸ਼ਨ ਦੀ ਤਾਂਘ ਮੰਗਦਾ ਰਹਿੰਦਾ ਹੈ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ गा ਕੇ ਸੁਣ ਕੇ ਲਿਖ ਕੇ ਇਹ ਦਾਤ ਹੋਰਾਂ ਨੂੰ ਵੀ ਜਿੰਦਾ ਹੈ ਉਹ ਮਨੁੱਖ ਸਾਰੇ ਪਲ ਦੇਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ ਓਹ ਮਨੁੱਖ ਆਪਣੀਆਂ ਸਾਰੀਆਂ ਕੁੱਲਾਂ ਦਾ ਹੀ ਪਾਰ ਉਤਾਰਾ ਕਰਾ ਲੈਂਦਾ ਹੈ। ਓਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਇਹ ਨਾਨਕ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਸਿਫਤਸਾਲਾ ਦੇ ਗੀਤ ਗਾਉਂਦੇ ਰਹਿੰਦੇ ਹਨ। ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਲਈ ਪਰਮਾਤਮਾ ਦੇ ਚਰਨ ਉਹਨਾਂ ਵਾਸਤੇ ਜਹਾਜ਼ ਦਾ ਕੰਮ ਕਰਦੇ ਹਨ। ਮੁਰਾਰੀ ਪ੍ਰਭੂ ਉਹਨਾਂ ਦੀ ਨਾਜ ਰੱਖਦਾ ਹੈ। ਉਹ ਹਰੀ ਦੀ ਸਰਨ ਪਏ ਰਹਿੰਦੇ ਹਨ ਉਹ ਹਰੀ ਦੇ ਦਰ ਤੇ ਟਿਕੇ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ